ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਦਵਿੰਦਰ ਮਾਂਡ। ਹਾਲ ਹੀ ਦੇ ਵਿੱਚ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹ ਵੀਡੀਓ ਤਾਂ ਕਾਫੀ ਇਮੋਸ਼ਨਲ ਹੈ ਪਰ ਹਿਨਾ ਖਾਨ ਕਾਫੀ ਪੋਜ਼ਿਟਿਵ ਐਨਰਜੀ ਦੇ ਵਿੱਚ ਨਜ਼ਰ ਆ ਰਹੇ ਨੇ। ਉਸ ਵੀਡੀਓ ਦੇ ਵਿੱਚ ਹਿਨਾ ਖਾਨ ਨੇ ਇਹ ਕਿਹਾ ਕਿ ਮੈਂ ਰੋਜ਼ ਜਦੋਂ ਮੈਂ ਆਪਣੇ ਵਾਲਾਂ ਨੂੰ ਹੱਥ ਲਾਉਂਦੀ ਹਾਂ ਤਾਂ ਵਾਲਾਂ ਦਾ ਗੁੱਛਾ ਮੇਰੇ ਹੱਥਾਂ ਦੇ ਵਿੱਚ ਆ ਜਾਂਦਾ, ਇਸ ਲਈ ਮੈਂ ਨਹੀਂ ਚਾਹੁੰਦੀ ਕਿ ਮੈਂ ਇਹ ਦੇਖ ਕੇ ਨਿਰਾਸ਼ ਨਹੀਂ ਹੋਣਾ ਚਾਹੁੰਦੀ। ਸੋ ਇਸ ਦੇ ਲਈ ਉਹਨਾਂ ਨੇ ਆਪਣੇ ਜਿੰਨੇ ਵੀ ਵਾਲ ਨੇ ਪੂਰੇ ਕਟਵਾ ਦਿੱਤੇ ਨੇ। ਅਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੀਡੀਓ ਤਾਂ ਹੈ ਬਹੁਤ ਇਮੋਸ਼ਨਲ ਪਰ ਹਿਨਾ ਖਾਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਪੋਜ਼ਿਟਿਵ ਐਨਰਜੀ ਦੇ ਨਾਲ ਨਜ਼ਰ ਆ ਰਹੇ ਨੇ। ਅਤੇ ਫਿਲਹਾਲ ਜੇ ਪਹਿਲਾਂ ਗੱਲ ਕਰੀਏ ਤਾਂ ਇੱਕ ਵੀਡੀਓ ਪਹਿਲਾਂ ਵੀ ਸਾਂਝੀ ਕੀਤੀ ਸੀ ਹਿਨਾ ਖਾਨ ਨੇ, ਜਿਸ ਦੇ ਵਿੱਚ ਉਹ ਆਪਣੇ ਵਾਲ ਖੁਦ ਕੱਟ ਰਹੇ ਨੇ, ਅਤੇ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਆਪਣੀ ਮਾਂ ਦੇ ਬੁੱਕਲ ਦੇ ਵਿੱਚ ਬੈਠੇ ਨੇ ਔਰ ਆਪ ਹੀ ਆਪਣੇ ਵਾਲ ਕੱਟਦੇ ਪਏ ਨੇ। ਅਤੇ ਇਸ ਤੋਂ ਬਾਅਦ ਅੱਜ ਇੱਕ ਵੀਡੀਓ ਹਿਨਾ ਖਾਨ ਨੇ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਰੋਜ਼ ਆਪਣੇ ਵਾਲ ਦੇਖ ਕੇ ਝੜਦੇ ਵਾਲਾਂ ਨੂੰ ਦੇਖ ਕੇ ਰੋਜ਼ ਇਮੋਸ਼ਨਲ ਹੋਵਾਂ, ਰੋਜ਼ ਇਸ ਸਦਮੇ 'ਚੋਂ ਗੁਜ਼ਰਾਂ। ਸੋ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਔਰਤਾਂ ਵਾਸਤੇ ਇੱਕ ਮੈਸੇਜ ਦਿੱਤਾ ਹੈ ਕਿ ਇਹ ਇੱਕ ਸਿਰਫ ਆਪਣੀ ਲਾਈਫ ਦਾ, ਆਪਣੀ ਜ਼ਿੰਦਗੀ ਦਾ ਹਿੱਸਾ ਹੈ, ਵਾਲਾਂ ਦਾ ਕੀ ਹੈ, ਵਾਲ ਤਾਂ ਫਿਰ ਆ ਜਾਣਗੇ ਪਰ ਜ਼ਿੰਦਗੀ ਬਹੁਤ ਹੀ ਕੀਮਤੀ ਹੈ। ਸੋ ਕੀਮੋਥੈਰੇਪੀ ਕਰਕੇ ਉਹਨਾਂ ਦੇ ਵਾਲ ਜਿਹੜੇ ਝੜਨੇ ਸ਼ੁਰੂ ਹੋ ਗਏ ਸੀਗੇ, ਅਤੇ ਉਸ ਤੋਂ ਬਾਅਦ ਹਿਨਾ ਖਾਨ ਨੇ ਪੂਰੇ ਵਾਲ ਜਿਹੜੇ ਕਟਵਾ ਲਏ ਨੇ। ਅਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿਆ ਕਿ ਹਿਨਾ ਖਾਨ ਨੇ ਆਪਣੇ ਵਾਲ ਖੁਦ ਕੱਟੇ ਨੇ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਵਾਲ ਖੁਦ ਕੱਟ ਰਹੀ ਹਾਂ ਅਤੇ ਜਦੋਂ ਵੀ ਕੋਈ ਸ਼ੂਟ ਆਵੇਗਾ ਮੈਂ ਬਿੱਗ ਪਾ ਲੂੰਗੀ, ਪਰ ਇਹ ਜਿਹੜੀ ਚੀਜ਼ ਹੈ ਜਦੋਂ ਵੀ ਵਾਲਾਂ ਨੂੰ ਮੈਂ ਹੱਥ ਲਾਉਂਦੀ ਹਾਂ ਅਤੇ ਵਾਲਾਂ ਦਾ ਗੁੱਛਾ ਹੱਥਾਂ ਦੇ ਵਿੱਚ ਆਉਣਾ, ਇਹ ਮੈਂ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੀ। ਔਰ ਹਿਨਾ ਖਾਨ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਮੈਂ ਪ੍ਰਾਊਡਲੀ ਇਹ ਲੁੱਕ ਕੈਰੀ ਕਰਨ ਨੂੰ ਤਿਆਰ ਹਾਂ। ਸੋ ਸਾਡੀਆਂ ਵੀ ਦੁਆਵਾਂ ਹਿਨਾ ਖਾਨ ਨੂੰ ਇਹ ਹੈ ਕਿ ਜਲਦੀ ਤੋਂ ਜਲਦੀ ਹਿਨਾ ਖਾਨ ਠੀਕ ਹੋ ਕੇ ਇੱਕ ਵਾਰ ਫਿਰ ਕਮਬੈਕ ਕਰਨ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ। Every single time with every way possible, trust me, it's really going to help. You've got
got to be mentally very, very strong. And I don't know, I feel I am going to carry this ball look quite well once I do it in some time. And I'm going to put on a wig whenever necessary. But I am also going to carry this bald head. देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।